ਹੋ ਰਿਹਾ ਕਿਸੇ ਗੱਲ ਦਾ? ਕਿਉਂਕਿ ਲਗਾ ਦੇਖੋ ਜੀ, ਇੱਕ ਗੱਲ ਕਹਿਣਾ ਚਾਹੂੰਗਾ, ਮੈਨੂੰ ਜਾਂ ਮੇਰੀ ਫੈਮਿਲੀ ਨੂੰ ਜਾਂ ਹਰਮਨ ਜਾਂ ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ। ਸੋਸ਼ਲ ਮੀਡੀਆ 'ਤੇ ਐਲੀਮੈਂਟ ਅਤੇ ਰਿੰਮੀ ਰੰਧਾਵਾ ਦਾ ਮੁੱਦਾ ਕਾਫ਼ੀ ਜ਼ਿਆਦਾ ਗਰਮ ਹੋ ਰਿਹਾ ਸੀ। ਉੱਥੇ ਇਸ ਮੁੱਦੇ 'ਤੇ ਚੱਲਦਿਆਂ ਮੋਹਾਲੀ ਪੁਲਿਸ ਨੇ ਐਲੀਮੈਂਟ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ, ਜਿੱਥੇ ਐਲੀਮੈਂਟ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਅਤੇ ਉੱਥੇ ਇਸ 'ਤੇ ਚੱਲਦਿਆਂ ਐਲੀਮੈਂਟ ਨੂੰ 14 ਦਿਨਾਂ ਲਈ ਰੋਪੜ ਜੇਲ੍ਹ ਵਿੱਚ ਭੇਜਿਆ ਜਾਊਗਾ। ਅਤੇ ਉੱਥੇ ਹੀ ਦੂਜੇ ਪਾਸੇ ਰਿੰਮੀ ਰੰਧਾਵਾ ਹੁਣੀ ਆਪਣੇ ਫਲੈਟ 'ਚੋਂ ਫਰਾਰ ਨੇ ਅਤੇ ਪੁਲਿਸ ਉਹਨਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਅਤੇ ਹੁਣ ਐਲੀ ਅਫਸੋਸ ਹੋ ਰਿਹਾ ਕਿਸੇ ਗੱਲ ਦਾ? ਕਿਉਂਕਿ ਲਗਾ ਦੇਖੋ ਜੀ, ਇੱਕ ਗੱਲ ਕਹਿਣਾ ਚਾਹੂੰਗਾ, ਮੈਨੂੰ ਜਾਂ ਮੇਰੀ ਫੈਮਿਲੀ ਨੂੰ ਜਾਂ ਹਰਮਨ ਜਾਂ ਹਰਮਨ ਦੀ ਫੈਮਿਲੀ ਨੂੰ ਕੋਈ ਵੀ ਨੁਕਸਾਨ ਹੁੰਦਾ ਜੀ ਤਾਂ ਉਹਦੇ ਜ਼ਿੰਮੇਵਾਰ ਰੰਮੀ ਹੋਣੀ ਹੋਣਗੇ ਜੀ। ਰੰਮੀ ਕਿਉਂ ਜ਼ਿੰਮੇਵਾਰ? ਕਿਉਂਕਿ ਲਗਾਤਾਰ ਤੁਸੀਂ ਧਮਕੀਆਂ ਤੁਸੀਂ ਦੇ ਰਹੇ ਸੀ, ਰੰਮੀ ਕਿਉਂ ਜ਼ਿੰਮੇਵਾਰ ਹੋਊਗਾ? ਧਮਕੀ ਤੁਸੀਂ ਮੈਨੂੰ ਇੱਕ ਧਮਕੀ ਦੱਸੋ ਜੀ, ਤੁਹਾਨੂੰ ਯਾਦ ਹੋਵੇ ਜਿਹੜੀ ਮੈਂ ਦਿੱਤੀ ਹੋਵੇ ਜਨਾਬ। ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਐਲੀਮੈਂਟ ਕਦੋਂ ਬਾਹਰ ਆਉਂਦੇ ਨੇ ਅਤੇ ਗਰਮ ਹੋਇਆ ਮੁੱਦਾ ਕਦੋਂ ਹੁੰਦਾ ਹੈ ਠੰਡਾ। ਇਸ ਗਰਮ ਮੁੱਦੇ ਨਾਲ ਹੋਰ ਵੀ ਜੁੜੀ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈਲ ਦੇ ਆਈਕਨ 'ਤੇ ਕਲਿੱਕ ਕਰਿਓ ਤਾਂ ਜੋ ਇੰਡਸਟਰੀ ਦੀਆਂ ਤੇਜ਼ ਖਬਰਾਂ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕਣ। ਹੁਣ ਤੱਕ ਲਈ ਇੰਨਾ ਹੀ, ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ।